ਉਹ ਸਾਰੇ ਸੁਝਾਅ ਮਿਲੇ ਨੇ ਨਰਮੇ ਵਾਲਿਆਂ ਨੇ ਦੱਸਿਆ ਕਹਿੰਦੇ ਜੀ 1 ਅਪ੍ਰੈਲ ਤੋਂ ਨਹਿਰ ਚ ਪਾਣੀ ਆ ਜੇ ਸਾਡੇ 3 ਪਾਣੀ ਲੱਗ ਜਾਣ ਨਰਮੇ ਨੂੰ ਕੋਈ ਚਿੱਟੀ ਮੱਖੀ ਕੋਈ ਗੁਲਾਬੀ ਸੁੰਡੀ ਸਾਡੇ ਨਰਮੇ ਨੂੰ ਖਰਾਬ ਨਹੀਂ ਕਰ ਸਕਦੀ ਨਰਮੇ ਦਾ ਬੂਟਾ ਸਟਰੋਂਗ ਹੋ ਜਾਂਦਾ ਤਕੜਾ ਹੋ ਜਾਂਦਾ ਸਪਰੇਆਂ ਦਾ ਕਿਸੇ ਨੂੰ ਨਹੀਂ ਪਤਾ ਕਿਹੜੀ ਕਰੀਏ ਉਹ ਗੱਲ ਹੁਣ ਆਪਾਂ ਬਦਲਣੀ ਪਊਗੀ ਦੇਖੋ ਮੈਂ ਇਹੀ ਕਹਿਣਾ ਧਰਤੀ ਬਹੁਤ ਕਮਾਲ ਹੈ ਦੁਨੀਆਂ 'ਚ ਇਹੋ ਜਿਹੀ ਧਰਤੀ ਹੈ ਨਹੀਂ ਕਿਤੇ ਇੰਨੀ ਉਪਜਾਊ ਧਰਤੀ ਉਪਜਾਊ ਹੈ ਲੋਕ ਮਿਹਨਤੀ ਨੇ ਤੇ ਗੁਰੂਆਂ ਪੀਰਾਂ ਸ਼ਹੀਦਾਂ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਸਾਡੇ ਤਾਂ ਪਹਿਲੇ ਗੁਰੂ ਆਪ ਖੇਤੀ ਕਰਦੇ ਰਹੇ ਉੱਤਮ ਖੇਤੀ ਮੱਧਮ ਵਪਾਰ ਚ ਨਿਖਿਧ ਚਾਕਰੀ ਹੈ ਸਿਰਫ ਲੋੜ ਹੈ ਥੋੜੀ ਜਿਹੀ ਤਕਨੀਕਾਂ ਬਦਲਣ ਦੀ ਹੁਣ ਹਰੇਕ ਬੂਟੇ ਨੂੰ ਕੰਪਿਊਟਰ ਚਲਾਉਂਦਾ ਜੀ ਕੰਪਿਊਟਰ ਨੂੰ ਇਹ ਪਤਾ ਹੁੰਦਾ ਕਿੰਨੇ ਬੂਟੇ ਨੇ ਕਿਹੜਾ ਬੂਟਾ ਕਿੱਧਰ ਨੂੰ ਜਾ ਰਿਹਾ ਮਾਡਰਨ ਤਕਨੀਕਾਂ ਆ ਗਈਆਂ ਹੁਣ ਆਪਾਂ ਥੋੜੀਆਂ ਪੁਰਾਣੀਆਂ ਚੀਜ਼ਾਂ ਬਦਲਣੀਆਂ ਪੈਣਗੀਆਂ ਬਦਲੂਗਾ ਕੌਣ ਸਰਕਾਰਾਂ ਇਹ ਫਰਜ਼ ਸਰਕਾਰਾਂ ਦਾ ਬਣਦਾ ਕਿ ਤੁਹਾਨੂੰ ਦੱਸੀਏ ਕਿ ਹੁਣ ਆਪਾਂ ਐਂ ਕਰੀਏ 5 ਸੁਝਾਅ ਤੁਹਾਡੇ ਮੰਨ ਲਾਂਗੇ 2 ਸਾਡੀਆਂ ਮੰਨ ਲਿਓ ਤੁਸੀਂ ਦੇਖਿਓ ਚਾਹੇ ਤੁਸੀਂ ਮੁਰਗੀ ਪਾਲਦੇ ਹੋ ਚਾਹੇ ਮੱਛੀ ਪਾਲਦੇ ਹੋ ਚਾਹੇ ਗੰਨੇ ਦੇ ਉਤਪਾਦਕ ਨੇ ਚਾਹੇ ਕਿੰਨੂ ਚਾਹੇ ਲੀਚੀ ਚਾਹੇ ਬਾਸਮਤੀ ਐਸੇ ਧਰਤੀ ਤੇ ਤੁਹਾਨੂੰ ਗਿੱਧੇ ਭੰਗੜੇ ਪੈਂਦੇ ਮੈਂ ਦਿਖਾਊਂਗਾ ਜੇ ਥੋੜਾ ਜਿਹਾ ਕਿਤੇ ਸਾਡਾ ਸਾਥ ਦੇ ਦਿਓ ਤਾਂ ਅਸੀਂ ਹਰ ਫੀਲਡ 'ਚ ਹਰ ਨੋਟ ਓਨਲੀ ਝੋਨਾ ਜਾਂ ਕਣਕ ਹਰ ਫੀਲਡ 'ਚ ਨੰਬਰ 1 ਬਣ ਸਕਦੇ